ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो एवरीवन, आज के साडे क्वेश्चन ਦੇ ਵਿੱਚ ਅਸੀਂ ਕਾਮਨ ਫੈਕਟਰਸ ਫਾਈਂਡ ਕਰਨੇ 35 ਤੇ 50 ਦੇ। ਸੋ ਅਸੀਂ ਇਸ ਦਾ ਸੋਲੂਸ਼ਨ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਫੈਕਟਰ ਦੀ, a ਜੋ ਹੈ ਉਹ b ਦਾ ਫੈਕਟਰ ਤਾਂ ਹੋਏਗਾ ਜੇ a ਜੋ ਹੈ b ਨੂੰ ਕੰਪਲੀਟਲੀ ਡਿਵਾਈਡ ਕਰਦਾ ਹੋਏ, ਮਤਲਬ a ਤੇ b ਨੂੰ ਡਿਵਾਈਡ ਕਰਨ ਤੇ ਜੋ ਰਿਮੈਂਡਰ ਹੈ ਉਹ 0 ਆਉਂਦਾ ਹੈ। ਸੋ ਸਭ ਤੋਂ ਪਹਿਲਾਂ ਜੇਕਰ ਅਸੀਂ ਲਿਸਟ ਕਰ ਲਈਏ ਸਾਰੇ ਫੈਕਟਰਸ ਆਫ 35, ਫੈਕਟਰਸ ਆਫ 35 ਇਟ ਮੀਨਸ ਉਹ ਵਾਲੇ ਸਾਰੇ ਨੰਬਰ ਜਿਹੜੇ ਜਿਨ੍ਹਾਂ ਦੇ ਟੇਬਲ ਦੇ ਉੱਤੇ 35 ਆਉਂਦਾ ਹੈ। ਸੋ ਕੀ ਹੋਣਗੇ, 35 ਸਭ ਤੋਂ ਪਹਿਲਾਂ ਆਏਗਾ 1 ਦੇ ਟੇਬਲ ਤੇ, ਦੈਨ 5 ਤੇ, 7 ਤੇ ਤੇ ਖੁਦ 35 ਤੇ। ਹੇਅਰ ਜੇਕਰ ਅਸੀਂ ਗੱਲ ਕਰੀਏ ਫੈਕਟਰਸ ਆਫ 50, ਯਾਨੀ ਕਿ 50 ਕਿੰਨਾ ਕਿੰਨਾ ਦੇ ਟੇਬਲ ਤੇ ਆਉਂਦਾ ਹੈ, ਫੈਕਟਰਸ ਆਫ 50। ਸੋ ਸਭ ਤੋਂ ਪਹਿਲਾਂ 50 ਆਏਗਾ 1 ਦੇ ਟੇਬਲ ਤੇ, 2 ਦੇ ਟੇਬਲ ਤੇ ਬਿਕੋਜ਼ ਈਵਨ ਨੰਬਰ ਹੈ, 5 ਦੇ ਟੇਬਲ ਤੇ, 10 ਦੇ ਟੇਬਲ ਤੇ, 25 ਦੇ ਤੇ 50 ਦੇ। ਹੁਣ ਇੱਥੇ ਅਸੀਂ ਦੇਖਦੇ ਹਾਂ ਕਾਮਨ ਫੈਕਟਰਸ, ਕਾਮਨ ਫੈਕਟਰਸ। ਸੋ ਕਾਮਨ ਫੈਕਟਰ ਮੀਨਸ ਉਹ ਵਾਲੇ ਨੰਬਰ ਜਿਹੜੇ ਇਹਨਾਂ 'ਚ ਕਾਮਨ ਨੇ। ਕੌਣ ਕੌਣ ਕਾਮਨ ਨੇ, 1, ਨੈਕਸਟ ਕੀ ਕਾਮਨ ਹੈ, 5, ਫਿਰ ਇਸ ਤੋਂ ਇਲਾਵਾ ਹੋਰ ਕੋਈ ਵੀ ਨੰਬਰ ਨਹੀਂ ਹੈ ਜਿਹੜਾ ਕਿ ਕਾਮਨ ਹੋਵੇ। ਇਸ ਕਰਕੇ ਕਾਮਨ ਫੈਕਟਰਸ ਇੱਥੇ ਕਿਹੜੇ ਕਿਹੜੇ ਆ ਗਏ, 1 ਐਂਡ 5। ਥੈਂਕ ਯੂ।